ਦੋਸਤੋ, ਗੁਰੂ ਰੰਧਾਵਾ ਨੇ ਆਪਣੇ ਇੰਸਟਾਗ੍ਰਾਮ ਦੇ ਉੱਪਰ ਸਟੋਰੀ ਅਪਲੋਡ ਕੀਤੀ ਸਿੱਧੂ ਮੂਸੇਵਾਲੇ ਦੀ, ਅਤੇ ਉਸਨੇ ਲਿਖਿਆ ਵੈਰੀ ਸੈਡ ਨਿਊਜ਼ ਐਂਡ ਸ਼ੋਕਿੰਗ, ਵਾਹਿਗੁਰੂ ਪਰਿਵਾਰ 'ਤੇ ਮਿਹਰ ਕਰੇ। ਅਤੇ ਉੱਥੇ ਹੀ ਗਿੱਪੀ ਗਰੇਵਾਲ ਨੇ ਸਿੱਧੂ ਮੂਸੇਵਾਲੇ ਦੀ ਫੋਟੋ ਆਪਣੇ ਇੰਸਟਾ ਦੀ ਓਫਿਸ਼ੀਅਲ ID 'ਤੇ ਅਪਲੋਡ ਕੀਤੀ ਅਤੇ ਉਸਨੇ ਲਿਖਿਆ ਵਾਹਿਗੁਰੂ। ਨਾਲ ਹੀ ਦੋਸਤੋ, ਸ਼ੈਰੀ ਮਾਨ ਨੇ ਵੀ ਸਿੱਧੂ ਮੂਸੇਵਾਲੇ ਦੀ ਅਤੇ ਉਸਦੀ ਮਾਤਾ ਜੀ ਦੀ ਫੋਟੋ ਅਪਲੋਡ ਕੀਤੀ ਅਤੇ ਉਸਨੇ ਲਿਖਿਆ ਕੋਈ ਸ਼ਬਦ ਨਹੀਂ ਅੱਜ, ਰੈਸਟ ਇਨ ਪੀਸ ਲੈਜੈਂਡ। ਨਾਲ ਹੀ ਸ਼ੈਰੀ ਮਾਨ ਨੇ ਇੱਕ ਸਟੋਰੀ ਵੀ ਅਪਲੋਡ ਕੀਤੀ ਆਪਣੇ ਓਫਿਸ਼ੀਅਲ ਇੰਸਟਾਗ੍ਰਾਮ ਦੇ ਉੱਪਰ, ਜਿਸ ਵਿੱਚ ਸ਼ੈਰੀ ਮਾਨ ਲਿਖਦਾ ਹੈ, ਉਹ ਮੇਰਿਆ ਮਾਲਕਾ ਯਕੀਨ ਨਹੀਂ ਹੋ ਰਿਹਾ, ਦਿਲ ਟੁੱਟ ਗਿਆ ਯਾਰ ਅੱਜ ਤਾਂ, ਰੈਸਟ ਇਨ ਪੀਸ ਛੋਟੇ ਵੀਰ। ਅਤੇ ਨਾਲ ਹੀ ਦੋਸਤੋ, ਇਸ ਤੋਂ ਬਾਅਦ ਆਉਂਦੀ ਅਗਲੀ ਸਟੋਰੀ ਗੁਲਾਬ ਸਿੱਧੂ ਦੀ, ਜੋ ਕਿ ਬਹੁਤ ਹੀ ਕਰੀਬੀ ਦੋਸਤ ਹੈ ਸਿੱਧੂ ਮੂਸੇਵਾਲੇ ਦਾ। ਉਸਨੇ ਵੀ ਸਟੋਰੀ ਵਿੱਚ ਇੱਕ ਸ਼ਾਇਰੀ ਲਿਖੀ, ਛੱਡ ਕੇ ਗਿਆਂ ਦੀ ਸਦਾ ਘਾਟ ਰੜ ਕੇ ਦੁੱਖ ਭਾਵੇਂ ਦਿਲਾਂ 'ਚ ਲਕੋਏ ਜਾਂਦੇ ਨੇ, ਦਿਲ ਵਿੱਚੋਂ ਨਿਕਲਦੀ ਧਾਂ ਵਿਰਿਆ ਮਾਵਾਂ ਕੋਲੋਂ ਪੁੱਤ ਜਦੋਂ ਖੋਏ ਜਾਂਦੇ ਨੇ, ਰੈਸਟ ਇਨ ਪੀਸ ਸ਼ਬਦ ਸਿੰਘ ਸਿੱਧੂ ਮੂਸੇਵਾਲਾ। ਅਤੇ ਗੁਲਾਬ ਸਿੱਧੂ ਨੇ ਇੱਕ ਸਟੋਰੀ ਹੋਰ ਅਪਲੋਡ ਕੀਤੀ ਹੈ, ਜਿਸ ਵਿੱਚ ਉਸਨੇ ਲਿਖਿਆ ਹੈ ਵਾਹਿਗੁਰੂ ਮਿਹਰ ਕਰਿਓ ਜੀ।